ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ। ਮੈਂ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਮੋਗੇ ਤੋਂ ਐਕਟਰ ਬਣਨ ਆਏ, ਭਾਈ ਕੀ ਹਾਲਚਾਲ, ਅਤੇ ਪੰਜਾਬ ਨੂੰ ਬੜਾ ਮਿਸ ਕਰੀਦਾ ਸੀ। ਲੱਗਦਾ ਸੀ ਯਾਰ ਜਦੋਂ ਵੀ ਕੋਈ ਵਿਸਾਖੀ ਹੋਵੇ ਚਲੋ ਵਾਪਸ ਚੱਲੀਏ ਮੋਗੇ। ਫਿਰ ਸਬਰਾ ਭਾਈ ਨਾਲ ਮੁਲਾਕਾਤ ਹੋਈ, ਉਹਨਾਂ ਨੇ ਬੰਬੇ ਨੂੰ ਵੀ ਮੋਗਾ ਬਣਾ ਤਾ, ਅਤੇ ਹੁਣ ਇਹ ਲੱਗਦਾ ਕਿ ਪੰਜਾਬ ਜਾਣ ਦੀ ਲੋੜ ਹੈ। ਪੰਜਾਬ ਵਾਲੇ ਕਹਿੰਦੇ ਚਲੋ ਯਾਰ ਬੰਬੇ ਚੱਲੀਏ, ਉੱਥੇ ਵਿਸਾਖੀ ਜ਼ਿਆਦਾ ਵਧੀਆ ਤਰ੍ਹਾਂ ਬਣਾਏਗੀ, ਬੜਾ ਅੱਛਾ ਲੱਗਦਾ। ਔਰ ਯੂ ਨੋ ਆਈ ਥਿੰਕ ਇੰਨੇ ਪੰਜਾਬੀਆਂ ਨੂੰ ਇਕੱਠੇ ਦੇਖ ਕੇ ਜੋਸ਼ ਵਾਪਸ ਆ ਗਿਆ। ਲੱਗਦਾ ਕਿ ਹੋਰ ਆਪਾਂ ਨੂੰ ਹੋਰ ਸੈਲੀਬ੍ਰੇਟ ਕਰਨੀਆਂ ਚਾਹੀਦੀਆਂ ਸਾਰੇ ਫੰਕਸ਼ਨ। ਬਟ ਥੈਂਕ ਯੂ ਸੋ ਮਚ ਫੋਰ ਆਲ ਦਾ ਲਵ। ਔਰ ਯੂ ਨੋ ਬਸ ਇਹੀ ਕਹਾਂਗਾ, ਜਦੋਂ ਵੀ ਪਿਆਰ ਇੰਨਾ ਮਿਲਦਾ, ਮੇਰੀ ਮਾਂ ਹਮੇਸ਼ਾ ਇੱਕ ਲਾਈਨ ਕਿਹਾ ਕਰਦੀ ਸੀ, ਮੈਂ ਹਮੇਸ਼ਾ ਕਹਿੰਦਾ ਕਿ ਮੇਰੀ ਮਾਂ ਮਦਰ ਕਹਿੰਦੀ ਸੀ ਕਿ ਸੋਨੂੰ ਕਭੀ ਆਪਣੀ ਜ਼ਿੰਦਗੀ ਕੀ ਕਲਮ ਮੇਂ ਦੁਆਓਂ ਕੀ ਸਿਆਹੀ ਡਾਲ ਲੇ, ਫਿਰ ਦੇਖ ਤੇਰਾ ਨਾਮ ਪੰਨੋ ਪਰ ਨਹੀਂ ਆਸਮਾਨ ਪਰ ਲਿਖਾ ਜਾਏਗਾ। ਤੋ ਹੀ ਆਈ ਥਿੰਕ ਬੜਾ ਜ਼ਰੂਰੀ ਹੈ। ਉਹ ਕਹਿੰਦੇ ਕਿ ਕਿਰਦਾਰ ਇਮਾਨਦਾਰ ਰੱਖਣਾ ਜਨਾਜ਼ਾ ਸ਼ਾਨਦਾਰ ਨਿਕਲੇਗਾ। ਅਤੇ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣੇ ਸੀਗੇ ਜੀ, ਦੁਆਵਾਂ ਕਮਾਉਂਦੇ ਰਹੇ, ਬਾਕੀ ਪਿਆਰ ਤਾਂ ਭਰਾਵਾਂ ਨੂੰ ਮਿਲਦਾ ਰਹਿੰਦਾ। ਭਾਈ ਥੈਂਕ ਯੂ ਸੋ ਮਚ, ਐਂਡ ਗੋਡ ਬਲੈਸ ਯੂ, ਐਂਡ ਕੰਗ੍ਰੈਚੁਲੇਸ਼ਨ ਟੂ ਆਲ ਦਾ ਬੋਡੀ ਜੀ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਪੰਜਾਬੀ ਸਮਝ ਮੇਂ ਤੋ ਆਤੀ ਹੈ, ਲੇਕਿਨ ਬੋਲਨੇ ਮੇਂ ਇਤਨੀ ਗਲਤੀਆਂ ਕਰ ਲੂੰਗਾ, ਤੋ ਆਈ ਰਾਦਰ ਸਟਿਕ ਟੂ ਹਿੰਦੀ। ਲੇਕਿਨ ਬਹੁਤ ਖੁਸ਼ੀ ਹੋ ਰਹੀ ਹੈ, ਪਹਿਲੀ ਵਾਰ ਐਜ਼ ਅ ਪੰਜਾਬੀ ਰਿਕਗਨਾਈਜ਼ ਕੀਤਾ ਜਾ ਰਿਹਾ ਹੈ, ਤੋ ਉਸਕੇ ਲਈ ਇਟਸ ਲਾਈਕ ਅ ਡਬਲ ਵੈਮੀ ਫੋਰ ਮੀ। ਔਰ ਆਈ ਡੋਂਟ ਨੋ ਇਫ ਆਈ ਕੈਨ ਬੀ ਕਾਲਡ ਐਨ ਆਈਕੋਨ, ਕਿਉਂਕਿ ਮੇਰੇ ਫੈਮਿਲੀ ਮੇਂ ਜਿਨਕੀ ਵਜ੍ਹਾ ਸੇ ਮੈਂ ਫਿਲਮੋਂ ਮੇਂ ਆਇਆ, ਮਾਈ ਡੈਡ ਉਹਨੇ ਤੋ 200 ਸੇ ਜ਼ਿਆਦਾ ਫਿਲਮੀ ਕੀਤੀ, 220 ਸਮ ਅਰਾਊਂਡ 220 ਫਿਲਮਸ, ਔਰ ਮੈਨੇ ਅਭੀ ਤੱਕ ਸਿਰਫ 40 ਫਿਲਮੇ ਕੀ ਹੈ, ਫਿਰ ਵੀ ਰੈਕਗਨਾਈਜ਼ ਕੀਤਾ ਜਾ ਰਿਹਾ, ਤਾਂ ਉਹ ਮੇਰੇ ਲਈ ਬਹੁਤ ਬੜੀ ਬਾਤ ਹੈ। ਥੈਂਕ ਯੂ ਸੋ ਮਚ ਸਪਰਾ ਜੀ, ਆਪਕਾ ਵੀ ਥੈਂਕ ਯੂ ਸੋ ਮਚ ਫੋਰ ਬੀਂਗ ਹੇਅਰ, ਐਂਡ ਥੈਂਕ ਯੂ ਸੋ ਮਚ ਫੋਰ ਬੀਂਗ ਸੋ ਇਨਕਰੇਜਿੰਗ। ਆਪਕੀ ਵਜ੍ਹਾ ਸੇ ਬਹੁਤ ਐਂਟਰਟੇਨਮੈਂਟ ਮਿਲ ਰਿਹਾ ਹੈ ਹਮ ਸਭ ਕੋ, ਐਸਾ ਲੱਗ ਹੀ ਰਿਹਾ ਕਿ ਹਮ ਅਵਾਰਡ ਫੰਕਸ਼ਨ ਮੇਂ ਬੈਠੇ, ਕਿਉਂਕਿ ਵੈਸੇ ਤਾਂ ਅਵਾਰਡ ਫੰਕਸ਼ਨਸ ਇਤਨੀ ਪਸੰਦ ਨਹੀਂ ਆਤੀ ਹਮੇ, ਲੇਕਿਨ ਆਜ ਕੁਛ ਅਲੱਗ ਸਹੀ ਲੱਗ ਰਿਹਾ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਐਂਡ ਵੈਰੀ ਪ੍ਰਾਊਡ, ਵੈਰੀ ਵੈਰੀ ਗ੍ਰੇਟਫੁਲ। ਔਰ ਵੀ ਆਉਣਾ ਹੈ ਇੱਧਰ, ਆਈ ਹੋਪ ਆਪ ਸਭ ਕਾ ਆਸ਼ੀਰਵਾਦ ਰਹੇਗਾ, ਤੋ ਬਾਰ ਬਾਰ ਆਉਣ ਕਾ ਮੌਕਾ ਮਿਲੇਗਾ। ਥੈਂਕ ਯੂ ਸੋ ਮਚ। ਫਸਟ ਆਫ ਆਲ ਲੈਟ ਮੀ ਥੈਂਕ ਯੂ ਅ ਲੋਟ ਫੋਰ ਕਾਲਿੰਗ ਮੀ ਹੇਅਰ ਐਂਡ ਗਿਵਿੰਗ ਮੀ ਦਿਸ ਅਵਾਰਡ ਆਊਟ ਹੇਅਰ। ਐਂਡ ਸਭ ਤੋਂ ਵੱਡੀ ਗੱਲ ਇਹ ਨੈਚੁਰਲ ਹੈਰੀਟੇਜ ਬੋਰਡ ਹੈਗੀ, ਇਟ ਮੇਨਟੇਨਸ ਐਂਡ ਸ਼ੋਕੇਸਿਸ ਦ ਪੰਜਾਬੀ ਕਲਚਰ ਇਨ ਦ ਸਿਟੀ ਆਫ ਮੁੰਬਈ ਐਂਡ ਦ ਸਟੇਟ ਆਫ ਮਹਾਰਾਸ਼ਟਰ। ਦ ਪੰਜਾਬੀ being a Punjabi, we like to speak more about Punjabis. I am
I am in Punjabi, but by vocation I am Maharashtra. मेरा जन्म स्थान पंजाब है और कर्म स्थान महाराष्ट्र है. सर दिस गाइस, सर आइए सर.